ਦੇ ਪਵਿੱਤਰ ਤੇ ਪਵਨ ਦਰਬਾਰ ਦੀ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰ ਜੋ ਸਭ ਸੰਗੀ ਹੋ जिन्हें भी इतने माए पाए सात संघ के रूप में बैठे ने अपनी मन गति को एकागर करिए रचना पवित्र करिए सब गज के आखिए धन सतगुरु नानक देव सच्चे पातशाह एक बार फिर सारे ने कृपा करनी है उन्हें सतगुरु को याद करना है जिन्हों का सारा साल ही असी प्रकाश पर्व मनाते हैं उन्होंने याद में जिन्हें भी सारे प्रोग्राम उलीके गए ने सतगुरु वालों सब सतगुरु उन्होंने याद में ही ने कीर्तन हो रहा है नाम सिमरन होता है आओ उन्होंने सतगुरु में अपने मन हृदय में वसाइए चरणा च नतमस्तक होइए सब गज के आखिए धन सतगुरु राम सिंह सच्चे पातशाह बाबत किसे कवि ने लिखा है कहता गुरु जग जीत गीत देहो प्रतीत मैनु नित नित गीत हुन तेरे हुन मैं गाता रहा हर दो गोद मेरे हर विच हर देखा मैं हर कहीं आपका संदेश ये पचंदा रहा बोले दर उते जाता चुके नहीं सर मेरा तेरिया बख्शीशा दे सहारे टुकिया लगंदा रहा लगा लग दिल मेरा हवे तेरी प्रतीत विच तेरे दरो बोले भोग कामना मैं पड़ता रहा आओ उन्हें महान सतगुरां दे जिन्हां दे असीं रज के दीदारे कीते ने अपने मन हृदय च वसाइए चरणा च नतमस्तक होइए सब गज के आखिए धन सतगुरु जगजीत सिंह सच्चे पातशाह आओ उन्हें जिन्हां सारे कीते हुए कार्यों को सफल करना है जे सारे कार्य सफल हो गए तो फिर मनुखी जीवन भी सारा सफल होएगा एक किस्सा होने में कार्य सफल जब उस समय के सतगुरु जी मोहर लगती है ना मैं कार्य दे उते तो फिर कार्य भी सफल होते देखे गए ने ते मनुख का जन्म भी फिर सपना हुंदा वेख्या गया आओ उस बलशाली उस शक्तिशाली शांत मूर्ति कैसी है एक कवियों की सिद्ध करता की कहता है तेरा नाम ने आपे संसारिक प्यारा ने बेची फस के अपना जीवन कट सकता हो
ਸੋ ਅਸੀਂ ਸਾਰੇ ਚੰਗੇ ਭਾਗਾਂ ਵਾਲੇ ਹਾਂ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਇੱਥੇ ਜੁੜ ਬੈਠੇ ਹਾਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਕੀਰਤਨ ਹੋ ਰਿਹਾ ਨਾਮ ਸਿਮਰਨ ਹੋ ਰਿਹਾ ਸੋ ਇਹ ਜਿਹੜਾ ਸਮਾਂ ਚੱਲ ਰਿਹਾ ਅੱਜ ਕੱਲ੍ਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਚੱਲ ਰਿਹਾ ਚਾਰ ਦਿਨ ਪਹਿਲਾਂ ਉਹ ਕੁਲਖਣੀ ਘੜੀ ਜਿਹਨੂੰ ਸੰਸਾਰ ਦਾ ਕੋਈ ਮਨੁੱਖ ਵੀ ਨਹੀਂ ਵੇਖਣਾ ਚਾਹੁੰਦਾ ਉਹ ਘੜੀ ਨਿਕਲੀ ਹੈ ਨਾਮਧਾਰੀ ਸਮਾਜ ਦੇ ਉੱਤੇ ਉਹ ਕਾਲਾ ਦਿਵਸ ਬਣ ਕੇ ਉਹ ਦਿਨ 13 ਦਸੰਬਰ ਦਾ ਨਿਕਲਿਆ ਹੈ ਸਤਿਗੁਰ ਦਾ ਸੰਸਾਰ ਤੇ ਆਉਣਾ ਆਣ ਕੇ ਤੇ ਫਿਰ ਮਾਨਵਤਾ ਦਾ ਭਲਾ ਕਰਨਾ ਅੱਜ ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੀ ਆਪ ਦੇ ਬੇਨਤੀਆਂ ਕਰਨੀਆਂ ਨੇ ਆਪ ਦੇ ਨਾਲ ਸਾਡੀਆਂ ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ ਆਣ ਕੇ ਫਿਰ ਗਰੀਬ ਤਬਕਾ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਚੁੱਕਿਆ ਅੱਠ ਮਗਰ 1977 ਬਿਕਰਮੀ ਦਾ ਉਹਨਾਂ ਦਾ ਪ੍ਰਕਾਸ਼ ਹੋਇਆ ਭਾਵ 22 ਨਵੰਬਰ 1920 ਦਿਨ ਸੋਮਵਾਰ ਦਾ ਸੀ ਸਵੇਰੇ 4 ਵਜੇ ਪ੍ਰਕਾਸ਼ ਪੁਰਬ ਹੋਇਆ ਸ੍ਰੀ ਭੈਣੀ ਸਾਹਿਬ ਦੇ ਵਿੱਚ ਬਾਲ ਵਸਾਂ ਤੋਂ ਹੀ ਬੜੇ ਚੋਜੀ ਸਾਣੇ ਬੜੇ ਕੁੱਤਕੇ ਕਰਦੇ ਰਹੇ ਨੇ ਸੰਸਾਰ ਦੇ ਵਿੱਚ ਆਪਣੇ ਸਿੱਖਾਂ ਦਾ ਭਲਾ ਕਰਦੇ ਰਹੇ ਨੇ ਚੋਜੀ ਪ੍ਰੀਤਮ ਆਖਿਆ ਗਿਆ ਇਹਨਾਂ ਨੂੰ ਬੇਅੰਤ ਜੀ ਕਰਕੇ ਇਹਨਾਂ ਦਾ ਨਾਮ ਬਚਪਨ ਵਿੱਚ ਸਾਰੇ ਪਾਲਦੇ ਸਨ ਬਾਲ ਸਤਿਗੁਰ ਜੀ ਇੱਕ ਦਿਨ ਖੇਡਦੇ ਖੇਡਦੇ ਇਹਨਾਂ ਦੇ ਘਰ ਚਲੇ ਗਏ ਨੇ
ਤੇ ਵੇਖਿਆ ਵੀ ਮਾਤਾ ਜਿਹੜੀ ਉਹ ਉਗੜਦੀ ਨਹੀਂ, ਮਤਲਬ ਬੜੇ ਅੰਦਰੋਂ ਜਿਵੇਂ ਰੋਣ ਦੀ ਆਵਾਜ਼ ਆਉਂਦੀ, ਇਸ ਤਰ੍ਹਾਂ ਆਵਾਜ਼ ਆ ਰਹੀ ਉਹਦੀ ਗਲੇ ਤੋਂ, ਦੁਖੀ ਹਿਰਦਾ। ਆਪ ਸਭ ਜਾਣ ਸਕਦੇ ਹੋ ਕੀ ਹਾਲ ਹੁੰਦਾ ਜਿਹਦੇ ਤੇ ਦੁੱਖ ਪਿਆ ਹੁੰਦਾ। ਸਤਿਗੁਰਾਂ ਵੇਖਿਆ ਜਾ ਕੇ ਮਾਤਾ ਬੜੀ ਕਰਲਾਉਂਦੀ ਇੱਕ ਪੁੱਛਿਆ, ਮਾਤਾ ਕੀ ਗੱਲ ਹੈ ਵੀ ਤੂੰ ਕਿਉਂ ਇਸ ਤਰ੍ਹਾਂ ਆਵਾਜ਼ ਕੱਢਣ ਡਈ ਹੈ? ਤਾਂ ਮਾਤਾ ਦੱਸਦੀ ਹੈ ਫਿਰ ਵੀ ਮੇਰਾ ਬੜਾ ਗਲਾ ਬਹੁਤ ਖਰਾਬ ਹੈ, ਸੁੱਜ ਗਿਆ, ਇਹਦਾ ਇਲਾਜ ਨਹੀਂ ਹੋ ਰਿਹਾ, ਡਾਕਟਰਾਂ ਕੋਲ ਇਲਾਜ ਕਰਾ ਕਰਾ ਕੇ ਥੱਕ ਗਈ ਹਾਂ, ਕੋਈ ਫਰਕ ਨਹੀਂ ਪੈ ਰਿਹਾ, ਕੋਈ ਆਰਾਮ ਨਹੀਂ ਆ ਰਿਹਾ ਇਹਦੇ 'ਚ। ਤਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਹੜੇ ਬਚਪਨ ਤੋਂ ਹੀ ਕਿਸੇ ਦਾ ਦੁੱਖ ਨਹੀਂ ਸਨ ਵੇਖ ਸਕਦੇ, 92 ਸਾਲ ਤੱਕ ਉਹਨਾਂ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸਾਧ ਸੰਗਤ ਦੇ ਉੱਤੇ, ਇਸ ਸੰਸਾਰ ਦੇ ਉੱਤੇ ਜਿਹੜਾ ਵੀ ਦੁਖੀ ਆਇਆ ਹੈ ਉਹਦਾ ਭਲਾ ਹੀ ਕਰਦੇ ਰਹੇ ਨੇ, ਦੁੱਖ ਨਹੀਂ ਦੇਖ ਸਕੇ ਅੱਜ ਤੱਕ, ਭਾਵ ਆਪਣੇ ਸਿੱਖ ਦਾ ਦੁੱਖ ਨਹੀਂ ਵੇਖ ਸਕੇ, ਸ਼ੁਰੂ ਤੋਂ ਹੀ ਇਹ ਇਸ ਤਰ੍ਹਾਂ ਦੇ ਸੁਭਾਅ ਵੇਖੇ ਗਏ ਨੇ ਗੁਰੂ ਪਰਿਵਾਰਾਂ 'ਚ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਾਲ ਅਵਸਥਾ 'ਚ ਨੇ ਆਪਣੇ ਕੋਲ ਕੋਮਲ ਕੋਮਲ ਹੱਥਾਂ ਨਾਲ ਮਾਤਾ ਦੇ ਗਲੇ 'ਤੇ ਜਾ ਕੇ ਸਪਰਸ਼ ਕੀਤਾ ਤੇ ਆਖਿਆ, ਮਾਤਾ ਤੂੰ ਰੋ ਨਾ, ਜਲਦੀ ਆਰਾਮ ਆਵੇਗਾ, ਸਤਿਗੁਰ ਕਿਰਪਾ ਕਰਨਗੇ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ, ਗੁਰ ਕਾ ਬਚਨ ਸਦਾ ਬਿਨਾਸੀ, ਗੁਰ ਕਾ ਬਚਨ ਕੱਟੇ ਜਮ ਕੀ ਫਾਸੀ। ਸਤਿਗੁਰ ਦਾ ਬਚਨ ਕਦੇ ਖਾਲੀ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰ ਦੀ ਨਿਦਰਾ 'ਚ ਵੀ ਅੰਮ੍ਰਿਤ ਭਰਿਆ ਹੁੰਦਾ ਤੇ ਸਤਿਗੁਰ ਦੀ ਰਸਨਾ 'ਚ ਵੀ ਅੰਮ੍ਰਿਤ ਹੁੰਦਾ। ਉਹ ਭਜਨ ਪਤਨੀ ਵਾਲੀ ਰਸਨਾ, ਮਾਲਾ ਜਪਦੇ ਰਹਿਣਾ, ਉਹ ਸਵਾਸ ਸਵਾਸ ਨਾਮ ਜਪਣ ਵਾਲੀ ਰਸਨਾ, ਤੇ ਨੇਤਰਾਂ 'ਚੋਂ ਅੰਮ੍ਰਿਤਮਈ ਜਦੋਂ ਦ੍ਰਿਸ਼ਟੀ ਪੈਂਦੀ ਹੈ ਤੇ ਮਨੁੱਖ ਦਾ ਫਿਰ ਬੇੜਾ ਪਾਰ ਹੁੰਦਾ ਵੇਖਿਆ ਗਿਆ ਸੰਸਾਰ 'ਚ। ਇਸੇ ਤਰ੍ਹਾਂ ਹੀ ਹੋਇਆ, ਉਹ ਮਾਤਾ ਸਤਿਗੁਰਾਂ ਨੇ ਕਿਰਪਾ ਕੀਤੀ ਉਹਦੇ ਤੇ, ਹਫ਼ਤੇ ਦੇ ਵਿੱਚ ਵਿੱਚ ਉਹਦਾ ਜਿਹੜਾ ਗਲੇ ਦਾ ਉਹ ਰੋਗ ਸੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਦੂਰ ਹੋ ਗਿਆ। ਜਾ ਕੇ ਹੁਣ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਫਿਰ ਉੱਚੀ ਉੱਚੀ ਦੁਹਾਈ ਪਾਉਂਦੀ ਹੈ। ਉੱਥੇ ਜਾ ਕੇ ਕਹਿੰਦੀ ਹੈ ਵੀ ਵੱਡੇ ਪ੍ਰਤਾਪ ਵਾਲਿਆ, ਬਈ ਤੇਰਾ ਵੀ ਵੱਡਾ ਪ੍ਰਤਾਪ ਵੇਖਿਆ, ਬਾਹਰ ਸਤਿਗੁਰ ਦਾ ਵੀ ਵੱਡਾ ਪ੍ਰਤਾਪ ਵੇਖਿਆ, ਤੂੰ ਵੀ ਵੱਡੇ ਪ੍ਰਤਾਪ ਵਾਲਾ ਤੇ ਇਹ ਵੀ ਵੱਡੇ ਪ੍ਰਤਾਪ ਵਾਲਾ ਮੈਂ ਵੇਖਿਆ, ਤੇ ਕੀ ਕਹਿੰਦੀ ਹੈ ਉੱਥੇ? ਫਿਰ
मैं अगे भी अर्ज की है, मैं सतगुर से जरा जरा नीवा तबका दुख दरिद्र दूर करने चकने संसार चाहता है। सतगुरु जगजीत सिंह ऐसी महान शक्ति संसार आई जिन्हें आन के फिर नाम तारे पत्र जरा सिखना ते पचार जिधर भी नजर मारिए सतगुरु प्रताप सिंह सच्चे पातशाह जी का इन्हां नूं वार सी। एक बार दिल्ली विच सतगुरु प्रताप सिंह सच्चे पातशाह भाई नाथ सिंह नाल बजट करदे होए आख्या मैं वड्डा काका जिहड़ा है दरगाह तो शक्तियों का मालक बन के आया इतने दिल्ली में सरदार सुजा सिंह के कोठी में सतगुरु सच्चे पातशाह बड़ा आते रहे उतों का यह बचन इतिहास में आया। सतगुरु प्रताप सिंह अपनी रचना तो कहते हैं भी मेरे को रब का दिता हुआ वारसा भी है पर वड्डा काका जरा तो ही बड़िया शक्तियों का मालक बन के आया। जिधर भी नजर मारेगा कला धारी चिंतन मान इन्हों आख्या गया जिधर भी नजर मारेगा मन च चितवेगा तो वह कार्य सफल हो जाएगा। उस तरह हुंदा आया वह सतगुरु प्रताप सिंह सच्चे पातशाह जी का जिहड़ा बाल बचपन तो ही इन्होंने नाल करामातां च करता ही आया। फिर जे थोड़े जे अगाह होए ने बड़े हुए ने ताली साल सतगुरु प्रताप सिंह सच्चे पातशाह पिता गुरु का फिर पूर्ण गुरसिख बन के फिर जीवन बतीत किया पूरे 43 साल सतगुरु प्रताप सिंह सच्चे पातशाह का पूर्ण गुरसिख बन के जीवन बतीत किया भादरों सतगुरु प्रताप सिंह सच्चे पातशाह जो देह का उदा किया शाम 6 बजे फिर पूर्ण लोग गुरगद्दी से बैठे ने 22 अगस्त 1959 की गल शाम 6 बजे पूर्ण रूप च फिर गुरगद्दी से बैठे ने सवेरे अगले दिन अमृत वाले फिर पहली बार आसा जी की वार का कीर्तन होया तो फिर वो जान के इन्होंने दर्शन दिए ने गुरु रूप के आसन से बैठे ने पूर्ण गुरु रूप बन के सब तो पहला गुरु परिवार वाले ने फिर मत्था टेकया फिर सात संगत ने मत्था टेकया फिर चढ़दिया कलां विच अगों फिर इन्हों का जीवन वेख्या गया सब तो पहला सतगुरु जगजीत सिंह सच्चे पातशाह जी गद्दी ते बैठे तो फिर इन्होंने जथेदारों की मीटिंग करवाई है जिन्हें भी वड्डे वड्डे सियाने सन जथेदार कवि प्रचार करने वाले सारे नूं सद्या फिर आख्या मीटिंग करके मैं सारिया ने वड्डी सोध रखनी है एक घंटा नितनेम करना सारे ने जरूर जे वड्डी सोध किसी मजबूरी करके नहीं कोई रख सकता ते घटो घट बाहर का खाना ना खा ले गद्दी ते बह जाए फिर वड्डे वड्डे प्रोग्राम उलीकने शुरू किए ने बाहर का खाना ना खावे कोई जथेदार नाल मीटिंग की है फिर आख्या मैं दीवान के विच चिमटा नहीं बजना चाहिए उन्होंने समय से पहला लोग चिमटा बजाते होंगे सन दीवान के विच
ਸਤਿਗੁਰ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਫਿਰ ਉਹਦੇ ਵਾਸਤੇ ਬਣਾਈ ਕੀਤੀ ਹੈ। ਫਿਰ ਜਥੇਦਾਰਾਂ ਨੂੰ ਹੋਰ ਇੱਕ ਗੱਲ ਆਖੀ, ਅਖੇ ਮੇਜ ਤੇ ਵਾਜਾ ਧਰ ਕੇ ਨਹੀਂ ਸੰਤ ਗਾਉਣੇ, ਪਾਪ ਖੜੇ ਹੋ ਕੇ ਗੁਰਬਾਣੀ ਦਾ ਚੇਤਨ ਨਹੀਂ ਕਰਨਾ ਕਿਤੇ ਵੀ, ਜਿੱਥੇ ਵੀ ਕਰਨਾ ਅਦਬ ਨਾਲ ਬਹਿ ਕੇ ਗੁਰਬਾਣੀ ਦਾ ਕੀਰਤਨ ਕਰਨਾ। ਸੋ ਐਸਾ ਐਸਾ ਪ੍ਰੋਗਰਾਮ ਸਤਿਗੁਰਾਂ ਨੇ ਗੱਦੀ ਤੇ ਬੈਠਦੇ ਹੀ ਫਿਰ ਉਲੀਕਣਾ ਸ਼ੁਰੂ ਕੀਤਾ ਸਾਧ ਸੰਗਤ ਵਾਸਤੇ, ਨਾਮਧਾਰੀ ਸਮਾਜ ਵਾਸਤੇ, ਮਾਨਵਤਾ ਦੇ ਭਲੇ ਵਾਸਤੇ। ਫਿਰ ਐਸੇ ਇਹਨਾਂ ਨੇ ਪ੍ਰੋਗਰਾਮ ਉਲੀਕਣੇ ਸ਼ੁਰੂ ਕੀਤੇ ਨੇ। ਫਿਰ 1965 ਦੇ ਵਿੱਚ ਨਾਮਧਾਰੀ ਵਿਦਕ ਜਥੇ ਦੀ ਫਿਰ ਇਹਨਾਂ ਨੇ ਰਚਨਾ ਕੀਤੀ ਹੈ। ਉਦੋਂ ਫਿਰ ਤਿਆਰ ਕੀਤਾ ਵਿਦਕ ਜਥਾ, ਸਾਰਾ ਭਾਰ ਫਿਰ ਨਾਮਧਾਰੀ ਪ੍ਰਚਾਰ ਦਾ ਨੌਜਵਾਨਾਂ ਦੇ ਉੱਤੇ ਪਾਇਆ। ਇਹਨਾਂ ਦੇ ਸਮੇਂ ਚ ਫਿਰ ਬੜੀਆਂ ਸ਼ਤਾਬਦੀਆਂ ਵੀ ਆਈਆਂ ਨੇ ਸਤਿਗੁਰੂ ਜਗਦੀਸ਼ ਸਿੰਘ ਦੇ ਸਮੇਂ ਚ। ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ 500 ਸਾਲਾ ਸ਼ਤਾਬਦੀ ਆਈ ਹੈ 1969 ਦੇ ਵਿੱਚ। ਬੜਾ ਪ੍ਰਚਾਰ ਕੀਤਾ ਗਿਆ, ਉਹਨਾਂ ਸੰਧਿਆ ਚ ਵੱਡੇ ਵੱਡੇ ਮੇਲੇ ਲੱਗੇ ਨੇ। ਫਿਰ 1972 ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਦੇਸ਼ ਕਰਨ ਸ਼ਤਾਬਦੀ ਮਨਾਈ ਗਈ ਹੈ, ਉਦੋਂ ਵੀ ਬੜਾ ਪ੍ਰਚਾਰ ਕੀਤਾ ਗਿਆ ਨਾਮਧਾਰੀ ਦਰਬਾਰ ਦਾ। ਉਸ ਤੋਂ ਬਾਅਦ ਫਿਰ 1990 ਦੇ ਵਿੱਚ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਤਾਬਦੀ ਆਈ ਹੈ। ਸਤਿਗੁਰਾਂ ਫਿਰ ਇਹਨਾਂ ਸ਼ਤਾਬਦੀਆਂ ਦੇ ਬੜੇ ਪ੍ਰਚਾਰ ਕੀਤੇ ਨੇ, ਜਥੇਦਾਰਾਂ ਨੂੰ, ਪਵਿੱਤਰਾਂ ਨੂੰ, ਹੋਰ ਵੀ ਜਿਹੜੇ ਕਥਾ ਵਾਚਕ ਨੇ। ਉਦੋਂ ਹਜੇ ਲਿਖਤੀ ਵਿੱਚ ਇੰਨਾ ਪ੍ਰਚਾਰ ਨਹੀਂ ਸੀ ਹੈਗਾ ਨਾਮਧਾਰੀ ਦਰਬਾਰ ਦਾ। ਸਤਿਗੁਰਾਂ ਇਹਨਾਂ ਸਮਿਆਂ ਚ ਆਣ ਕੇ ਫਿਰ ਉਦੋਂ 10-12 ਪੁਸਤਕਾਂ ਜਿਹੜੀਆਂ ਨੇ ਉਹ ਸਤਿਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀਆਂ ਰਿਲੀਜ਼ ਕੀਤੀਆਂ ਨੇ ਇਤਿਹਾਸ ਦੀਆਂ। ਤੇ ਸਾਧ ਸੰਗਤ ਨੂੰ ਫਿਰ ਉਹ ਇਤਿਹਾਸ ਪੜ੍ਹਨ ਨੂੰ ਮਿਲਿਆ। ਕਈ ਤਰ੍ਹਾਂ ਦੀਆਂ ਜਾਣਕਾਰੀਆਂ ਬਣੀਆਂ, ਆਪਣਾ ਜੀਵਨ ਜਿਹੜਾ ਉਹ ਸੁਖੀ ਕਰਨ ਵਾਸਤੇ ਸਤਿਗੁਰਾਂ ਨੇ ਉਹਦੇ ਵਿੱਚ ਫਿਰ ਸਾਰਾ ਗਿਆਨ ਉਹਦਾ ਦਿੱਤਾ। ਜਿੰਨਾ ਹਨੇਰਾ ਸੀ ਕੱਢ ਕੇ ਰੱਖਦਾ ਜੀਵਨ ਸਰਨ ਕਰਨ ਵਾਸਤੇ, ਸਾਰੀਆਂ ਉਹਦੇ ਚ ਤਰਕੀਬਾਂ ਫਿਰ ਦੱਸੀਆਂ ਸਤਿਗੁਰਾਂ ਬਾਰੇ ਵੀ। ਤੇ ਪੜ੍ਹ ਪੜ੍ਹ ਕੇ ਤੇ ਫਿਰ ਸੰਗਤ ਉਹਨਾਂ ਸਮਿਆਂ ਵਿੱਚ ਨਿਹਾਲ ਹੋਈ ਹੈ ਬੜੀ, ਕਿਉਂਕਿ ਪਹਿਲਾਂ ਕਿਤੇ ਇਤਿਹਾਸ ਚ ਨਜ਼ਰ ਨਹੀਂ ਆਇਆ ਵੀ ਇਹ ਇੰਨਾ ਕੋਈ ਕਿਤਾਬਾਂ ਚ ਜਿਹੜਾ ਇਤਿਹਾਸ ਮਿਲਿਆ ਹੋਵੇ। ਜਵਾਨੀ ਪੜਿਆ ਜਾਂਦਾ ਸੀ ਉਹਨਾਂ ਸਮਿਆਂ ਦੇ ਵਿੱਚ, ਸੰਗਤ ਹੁਣ ਪੜ੍ਹਦੀ ਹੈ ਬੜੀ ਖੁਸ਼ ਹੁੰਦੀ ਹੈ ਵੀ ਇਤਿਹਾਸ ਪੜ੍ਹਨ ਨੂੰ ਮਿਲ ਗਿਆ ਤੇ ਕੀ ਕਹਿੰਦੀ ਹੈ ਫਿਰ ਸਭ ਪਾਸੋਂ ਵਾਜਾਂ ਹੁੰਦੀਆਂ।
जिन्होंने आके पत्र का विस्तार किया, पत्र शिखर से लेके गए ने, जिधर भी नजर मारीे जो संगीत की गल करिए नामधारी समाज नामधारी दरबार मैं कहना एक पुटिया संगीतकार वे अच्छा ऐसी कृपा करती है संगीतकार ऐसा इना ही नहीं माइया च बड़ी कृपा की वेखो माइया तुम भी बड़िया भागा मारियो सतगुरु जगजीत सिंह सच्चे पातशाह थोड़े तो तेन बड़ी कृपा की क्योंकि पहला कितने इतिहास में तंती साजा माइया ने कितने कीर्तन कर दिया हो सतगुरु जगजीत सिंह सच्चे पातशाह ने आण के फिर भाइयों के बराबर इन्हों दर्जा दिता है। अज कोई लड़की देख लो कोई सितार बजा रही है कोई दिलरुबा बजा रही है कोई तबला बजा रही है कोई सारंगी बजा रही है हाजरियां मैं एक जगह पढ़िया बड़ी मशहूर हस्ती जी तबला वादक जाकर हुसैन जी ने सतगुरु जगजीत सिंह सच्चे पातशाह जी आण के उत्थे भैणी साहब दोनों हाथ अगे करके कहते ने भी ये दोनों हाथ आपके हैं अगे दियां महान हस्तियां देखो सतगुरां दे दर ते आण के झुकदियां सतगुरां ने ऐसा संगीत नूं शिखरां ते लै के देखो जे खेड़ां वल ध्यान कीता है नजर मारीे भजन बंदगी कराईए तो पहले इतिहास नालों बहुत ज्यादा सवा लख पाठां दे पाठां दे भोग पवाए अखंड पाठ करवाए अपने समय च इन्होंने बड़िया ही इस तरह दियां बख्शिशां कीतियां ने नामधारी समाज के उत्ते सर्व कला सम्राट श्री सतगुरु जगजीत सिंह जी
ਉਹਨਾਂ ਨੇ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਧੰਨ ਕਿਹਾ। 84 ਦਾ ਗੇੜ ਮੁੱਕ ਗਿਆ, ਉਹਨਾਂ ਦਾ ਜਮਾਂ ਦੇ ਬਾਹਰ ਤੋਂ ਬਚ ਗਏ ਨੇ, ਕਿਉਂਕਿ ਸਤਿਗੁਰ ਦੇ ਜਦੋਂ ਦਾਇਰੇ ਚ ਆ ਜਾਂਦਾ ਇਨਸਾਨ, ਜਨਮ ਸਰਨ ਗੁਰੂ ਏਕ ਪੈਣਾ ਜਾਏ ਜਾਣ ਤੇ ਸਤਿਗੁਰੂ ਕੋਟ ਪੈਣਾ ਆ ਗਏ ਹੋਏ ਰਹੇ। ਸਤਿਗੁਰ ਫਿਰ ਆਪ ਲਕਸ਼ਮਣ ਰੇਖਾ ਪਾ ਦਿੰਦਾ ਉਸ ਗੁਰੂ ਸਿੱਖ ਦੇ ਆਸੇ ਪਾਸੇ। ਬਾਣੀ ਚ ਵੀ ਤੁਸੀਂ ਪੜ੍ਹਿਆ ਹੋਣਾ ਵੀ ਚੌਗਿਰਦ ਹਮਾਰੇ ਰਾਮ ਕਾ ਦੁੱਖ ਲਗੇ ਨਾ ਭਾਈ, ਐਸਾ ਦੀ ਲਕਸ਼ਮਣ ਰੇਖਾ ਜਦੋਂ ਉਹ ਲਕਸ਼ਮਣ ਨੇ ਰੇਖਾ ਪਾਈ ਸੀ ਨਾ ਸੀਤਾ ਵਾਸਤੇ, ਤਾਂ ਫਿਰ ਉਹ ਸੀਤਾ ਕਿੰਨੇ ਦੁੱਖਾਂ ਵਿੱਚ ਨਿਕਲੀ ਹੈ ਜਦੋਂ ਉਹਦੀ ਉਲੰਘਣਾ ਕੀਤੀ। ਉਹ ਜੇ ਉਹਦੇ ਅੰਦਰ ਰਹਿੰਦੀ ਤਾਂ ਬੜੇ ਸੁੱਖ ਬਣੇ ਰਹਿਣੇ ਸਨ। ਉਸੇ ਤਰ੍ਹਾਂ ਚੌਗਿਰਦ ਹਮਾਰੇ ਰਾਮ ਕਾ, ਜਦੋਂ ਸਤਿਗੁਰ ਦੀ ਕਾਰ ਸਾਡੇ ਆਸੇ ਪਾਸੇ ਜਦੋਂ ਲੀਕ ਵੱਧ ਜਾਂਦੀ ਹੈ, ਸੰਸਾਰ ਦਾ ਕੋਈ ਦੁੱਖ ਨਹੀਂ ਫਿਰ ਲੱਗ ਸਕਦਾ। ਜਦੋਂ ਅਸੀਂ ਇਸ ਲੀਕ ਦੀ ਉਲੰਘਣਾ ਕਰਦੇ ਹਾਂ ਤਾਂ ਫਿਰ ਸੰਸਾਰ ਦੁੱਖ ਨਾਲ ਭਰਿਆ, ਫਿਰ ਬਚ ਨਹੀਂ ਸਕਦੇ ਤੁਸੀਂ ਕਿਸੇ ਪਾਸੇ। ਸੋ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਸਾਰਿਆਂ ਦਾ ਦੁੱਖ ਦੂਰ ਕੀਤਾ, ਕਈਆਂ ਦੇ ਕਰਜ਼ੇ ਲਵਾਏ ਆਣ ਕੇ, ਕਈਆਂ ਦੇ ਮਕਾਨ ਬਣਵਾਏ, ਕਈਆਂ ਨੂੰ ਨੌਕਰੀਆਂ ਵੀ ਦਵਾਈਆਂ ਨੇ। ਭਾਵ ਕਹਿੰਦਾ ਸਤਿਗੁਰ ਜੀ ਦੇ ਤੇ ਵੀ ਨਜ਼ਰ ਮਾਰਦਾ, ਜਿਹੜਾ ਵੀ ਉਹਦੇ ਦਾਇਰੇ ਚ ਆਉਂਦਾ ਹੈ ਤੇ ਉਸਨੂੰ ਵੀ ਪ੍ਰਾਪਤ ਕਰਦਾ। ਪਰ ਮੈਂ ਵੇਖਿਆ ਇਤਿਹਾਸ ਵਿੱਚ ਜਿੱਡਾ ਮਰਜ਼ੀ ਸਤਿਗੁਰ ਮਹਾਨ ਹੋਵੇ, ਜਦੋਂ ਪੰਜ ਭੂਤਕ ਸਰੀਰ ਲੈ ਕੇ ਉਹ ਸੰਸਾਰ ਚ ਆਇਆ ਤਾਂ ਫਿਰ ਹੁਣੀ ਦਾ ਸ਼ਿਕਾਰ ਹੋਣਾ ਪਿਆ, ਉਸ ਮਰਿਆਦਾ ਵਿੱਚ ਆਉਣਾ ਪਿਆ ਉਹਨਾਂ ਨੂੰ ਜਿਹੜੀ ਮਰਿਆਦਾ ਅਕਾਲ ਪੁਰਖ ਨੇ ਇਸ ਸੰਸਾਰ ਦੀ ਬਣਾਈ ਹੈ। ਚਾਹੇ ਉਹ ਸਧਾਰਨ ਮਨੁੱਖ ਹੋਵੇ, ਚਾਹੇ ਉਹ ਗੁਰੂ ਪੀਰ ਹੋਣ, ਅਕਾਲ ਪੁਰਖ ਦੀ ਜਿਹੜੀ ਮਰਿਆਦਾ ਉਹਦੇ ਵਿੱਚ ਲੱਗਣਾ ਪਿਆ। ਇਸੇ ਤਰ੍ਹਾਂ ਹੀ ਹੋਇਆ 19 ਤਰੀਕ 19 ਨਵੰਬਰ ਦਾ 2012 ਨਾਮਧਾਰੀ ਸਮਾਜ ਦੇ ਉਹ ਬੜਾ ਸੰਕਟ ਭਰਾ ਸਮਾਂ, ਉਹ ਦਿਨ ਆਇਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਫੇਫੜਿਆਂ ਦਾ ਇਨਫੈਕਸ਼ਨ ਚੈੱਕ ਕਰਾਉਣ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹੋਸਪਿਟਲ ਲੈ ਕੇ ਗਏ ਨੇ ਇਹਨਾਂ ਨੂੰ। ਪਰ ਅੱਜ ਸਮਾਂ ਹੋਰ, ਕੱਲ੍ਹ ਹੋਰ, ਕਦੇ 2-4 ਦਿਨ ਆਰਾਮ ਆ ਜਾਏ, ਕਦੇ ਫਿਰ ਉਸੇ ਤਰ੍ਹਾਂ ਦੀ ਕੰਡੀਸ਼ਨ ਬਣ ਜਾਏ, ਉਹ ਜਿਹੜੀ ਘੜੀ ਚੋਂ ਬੰਦਾ ਬਚਦਾ ਉਹ ਘੜੀ ਜਿਹੜੀ ਹੈ ਆਹਿਸਤਾ ਆਹਿਸਤਾ ਸਮਾਂ ਬਣਾ ਦਿੰਦੀ ਹੈ, ਕਿਉਂਕਿ ਹੋਣੀ ਜਿਹੜੀ ਹੈ ਨਾ ਉਹ ਕਹਿੰਦੀ ਹੈ ਵੀ ਅਕਲ ਕਹੇ ਮੈਂ ਸਭ ਤੋਂ ਵੱਡੀ। ਮੈਂ ਵਿੱਚ ਕਚਹਿਰੀ ਲੜਦੀ ਦੋਸਤ ਕਹੇ ਮੈਂ ਸਭ ਤੋਂ ਵੱਡੀ, ਤੇ ਮੈਨੂੰ ਦੁਨੀਆ ਸਜਦੇ ਕਰਦੀ, ਤੇ ਵਿਦਿਆ ਕਹੇ ਮੈਂ ਸਭ ਤੋਂ ਵੱਡੀ, ਤੇ ਪਲ ਪਲ ਦੀ ਖਬਰ ਮੈਂ ਦੱਸਦੀ। ਨਾ ਤੇ ਉਹ ਭੈਣੀ ਸਾਹਿਬ ਨੂੰ ਪਤਾ
ਕਰਦਾ ਸੀ। ਮੈਂ ਅੱਜ ਸੁਖੀ ਸੰਦੀ ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਲੁਧਿਆਣੇ ਵੱਲ ਜਾ ਰਹੇ ਨੇ ਤੇ ਮੁੜ ਕੇ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਂ ਬਣਨਾ ਹੈ। Thank you।
सुंदरा तेनू बुला रही।
दर्शन ही किसे को हुए। संगता कुरानिया ने भी किसी तरह दर्शन हो जाए पर उस रात दर्शन नहीं हुए। 14 दिसंबर को फिर सवेर तो प्रताप मंदिर के विच सतगुरां दे पंज पुत्तर देव फिर उत्थे दर्शन वास्ते रखे। 1 बजे तक फिर समा बनिया उन्हां दर्शन वास्ते। संगत हम हवा के उत्थे फिर टुट के पई दर्शन किसी तरह हो जाए। बड़ा प्रेम से सतगुरां दा आप सारे जानते हो उन्हां समयां दे विच उत्थे लखां दी तादाद दे विच संगत इकट्ठी हुई है। कोई पेड़ां ते चढ़ के वेखण डिया है, कोई दिल्ली तलौनी दी कोठियां दे उत्ते चढ़ के वेखण डिया है। पार जिथे जो जगह मिली है मैं किसी तरह दर्शन हो जाण से। 1 बजे फिर ਉਹ ਸਤਿਗੁਰਾਂ ਦੀ ਪੰਜ ਪੁੱਤਰ ਦੇਵ ਫਿਰ ਕੋਠੀ ਵਿੱਚ ਲਿਆਂਦਾ ਗਿਆ। ਆਣ ਕੇ ਇਸ਼ਨਾਨ ਪਾਣੀ ਕਰਵਾਇਆ ਤੇ ਰਾਮ ਸਰੋਵਰ ਦੇ ਸਾਹਮਣੇ ਉੱਥੇ ਫਿਰ ਜਗ੍ਹਾ ਬਣਾਈ ਜਿੱਥੇ ਅੱਜ ਕੱਲ੍ਹ ਜਗਜੀਤ ਮੰਦਿਰ ਬਣਿਆ। ਆਪ ਸਭ ਨੂੰ ਪਤਾ ਹੀ ਹੋਵੇਗਾ ਸੰਸਕਾਰ ਪਾਸੇ ਉਹ ਜਗ੍ਹਾ ਚੁਣੀ ਹੈ। 3 ਫੁੱਟ ਉੱਚਾ ਥੜਾ ਬਣਾਇਆ ਗਿਆ ਉੱਥੇ ਉਹਨਾਂ ਸਮਿਆਂ ਦੇ ਵਿੱਚ। ਚੰਦਨ ਦੀ ਲੱਕੜੀ ਸਤਿਗੁਰ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੰਸਕਾਰ ਵਾਸਤੇ ਮੰਗਾਈ ਗਈ। 2:50 ਤੇ ਸ਼ਬਦ ਕੀਰਤਨ ਹੁੰਦੇ ਪਏ ਨੇ, ਇੱਕ ਪਾਸੇ ਸ਼ਬਦ ਕੀਰਤਨ ਹੁੰਦੇ ਪਏ ਨੇ, ਇੱਕ ਪਾਸੇ ਸੰਗਤ ਗੁਰਲਾਉਣ ਡਈ ਏ ਤੇ ਫਿਰ ਉਹਨਾਂ ਦਾ ਜਿਹੜਾ ਪਾਰਸਿਕ ਸਰੀਰ ਫਿਰ ਉਹ ਚਿਖਾ ਦੇ ਉੱਤੇ ਰੱਖਿਆ ਗਿਆ। ਉਹਨਾਂ ਸਮੇਂ ਕਿਸਮਤ ਸਰਗਲ ਸੰਸਾਰ ਦੀ ਹੋਈ ਕੋਲਾ ਚੱਲ ਜੀ ਨੇ ਫਿਰ
दर्शन सिंह जी ने कीर्तन सोलह का पाठ किया है सुबह गुरविंदर सिंह चल जी ने उसे फिर सतगुरां दा ते माता जी का हुक्म सुनाया है। मैं सतगुरां दी आग्या के अनुसार माता जी की कृपा के नाल उन्हां दे हुक्म अनुसार सतगुरु दे सिंह हुण इस नामधारी पंथ की माग नूं संभालणगे। फिर उदों तों लै के फिर आप सब जानते हो कि सतगुरां ने किस तरह कृपा की सतगुरु दे सिंह सच्चे पातशाह ने। सो ये समा जिहड़ा है आप सब जानते हो किसा का समा सी उन्हां समयां दे विच किड्डा समा दुखदाई निकलिया है। सो अज वी जे वो उन्हां दे बख्शिशां उन्हां दे कोतब उन्हां दीआं जिहड़ीआं कृपावां साडे ते होईआं ने उन्हां नूं याद करिए ते मन फिर अज भिज जांदा है, अखां च उथलू आ जांदे ने ते याद हुंदी है उन्हां दी।